ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਅੱਗੇ ਵੇਚਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਵਾਰਤਾ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਆਰੋਪੀਆਂ 'ਚ 4 ਮਹਿਲਾਵਾਂ ਅਤੇ 1 ਪੁਰਸ਼ ਵੀ ਸ਼ਾਮਿਲ ਹੈ। ਪੁਲਿਸ ਦੇ ਮੁਤਾਬਕ ਫੜੇ ਗਏ ਆਰੋਪੀ ਭੋਲੀ ਭਾਲੀ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਮਾਨਵੀ ਵਪਾਰ ਮਾਧਿਅਮ ਰਾਹੀਂ ਆਪਣੇ ਗਾਹਕਾਂ ਤੋਂ ਮੋਟੀ ਰਕਮ ਵਸੂਲਦੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਅਹਿਮ ਖੁਲਾਸੇ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਇਹ ਕੱਲ ਸਾਡੇ ਇੰਸਪੈਕਟਰ ਪ੍ਰਮੋਦ ਕੁਮਾਰ SHO ਸ਼ਿਮਲਾਪੁਰੀ ਤੇ ਇਹਨਾਂ ਦੇ ਨਾਲ ਪ੍ਰੋਬੇਸ਼ਨਲ ਸਬ ਇੰਸਪੈਕਟਰ ਇਹਨਾਂ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਦੇ ਏਰੀਏ ਦੇ ਵਿੱਚ ਕੋਈ ਇੱਦਾਂ ਦਾ ਗੈਂਗ ਹੈ ਜਿਹੜਾ ਕਿ ਲੜਕੀਆਂ ਦੇ ਆਦਾਨ ਪ੍ਰਦਾਨ ਕਰਾਉਂਦਾ ਪੈਸੇ ਲੈ ਕੇ। ਤੋ ਉਹ ਸੰਦਰਭ 'ਚ ਇਹਨਾਂ ਨੇ ਕੱਲ ਰਾਣੀ ਪਤਨੀ ਪਾਲਾ, ਪਾਲਾ ਪੁੱਤਰ ਫੁੱਲਾ ਰਾਮ, ਗੁਰਮੀਤ ਕੌਰ, ਜਸਵਿੰਦਰ ਕੌਰ ਅਤੇ ਆਸ਼ਾ ਰਾਣੀ ਨੂੰ ਅਰੈਸਟ ਕੀਤਾ ਹੈ। ਮਸਲਾ ਇਹਨਾਂ ਦਾ ਇਹ ਸਾਹਮਣੇ ਆਇਆ ਜਦੋਂ ਮੁਕੱਦਮਾ ਕਾਇਮ ਕੀਤਾ ਹੈ ਆਫਟਰ ਇਨਵੈਸਟੀਗੇਸ਼ਨ ਕਿ ਇਹ ਜਿਹੜਾ ਇੱਕ ਸੁਨੀਲ ਪੁੱਤਰ ਧਰਮਵੀਰ ਨਾਂ ਦਾ ਲੜਕਾ ਬੰਦਾ ਹੈ ਹਿਸਾਬ ਦਾ, ਇਹਦੀ ਸ਼ਾਦੀ ਨਹੀਂ ਹੋ ਰਹੀ ਸੀ ਅਤੇ ਇਹਨੂੰ ਲਾਲਚ ਦੇ ਕੇ ਤੈਨੂੰ ਇੱਥੋਂ ਅਸੀਂ ਸ਼ਾਦੀ ਕਰਾ ਦਿੰਦੇ ਹਾਂ ਪਰ ਤੈਨੂੰ ਪੈਸੇ ਦੇਣੇ ਪੈਣਗੇ। ਇੱਥੇ 2 ਲੜਕੀਆਂ ਹਨ ਸੋਨੀਆ ਅਤੇ ਬਾਲਾ, ਉਹਨਾਂ ਦੀ ਫੋਟੋ ਵਟਸਐਪ ਕਰਕੇ ਅਤੇ ਇਹਨਾਂ ਦਾ ਸੌਦਾ ਕਰਾਇਆ ਇਸ ਇਹਨਾਂ ਲੇਡੀਜ਼ ਨੇ ਅਤੇ ਉਹ ਕੱਲ੍ਹ ਉਹਨਾਂ ਨੂੰ ਇੱਥੇ ਬੁਲਾਇਆ ਉਹਨੂੰ ਹੈਂਡਓਵਰ ਕਰਨ ਲਈ, ਪਰ ਜਦੋਂ ਉਹ ਲੜਕੀਆਂ ਸਕਿੱਪ ਕਰ ਗਈਆਂ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਪਕੜ ਲਾਂਗੇ। ਅਤੇ ਇੱਕ ਸਪਨਾ ਨਾਂ ਦੀ ਲੜਕੀ ਜਿਹੜੀ ਸੀ ਉਹ ਇਹਨਾਂ ਨੇ ਉਹਨੂੰ ਧੱਕੇ ਨਾਲ ਕਿਉਂਕਿ ਪੈਸੇ ਲਏ ਸੀ ਅਤੇ ਉਹਨੂੰ ਧੱਕੇ ਨਾਲ ਭੇਜਣ ਲੱਗੇ ਸੀ, ਜਿਹੜੀ ਇਹ ਲਾਈਮ ਲਾਈਟ 'ਚ ਗੱਲ ਆ ਗਈ ਅਤੇ ਸ਼ਿਮਲਾਪੁਰੀ ਪੁਲਿਸ ਨੇ ਮੁਕੱਦਮਾ 115 ਅੰਡਰ ਸੈਕਸ਼ਨ 374 IPC ਰਜਿਸਟਰ ਕੀਤਾ। ਇਹ ਬ੍ਰਦਰ ਪੜਤਾਲ ਕਰ ਰਹੇ ਰਿਕਾਰਡ ਦੀ ਵੀ ਇਹ ਕਿਉਂਕਿ ਹਿਸਾਰ ਦੀਆਂ ਹਨ, ਇਹਦੇ ਵਿੱਚ ਜਿਹੜੇ ਮੀਆਂ ਬੀਬੀ ਹੈ ਪਾਲਾ ਅਤੇ ਰਾਣੀ ਇਹ ਮੀਰਜ਼ਾਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਸ ਬਰਾਦਰੀ ਦੇ ਹਾਂ, ਇਹ ਮੰਗਦੇ ਵੀ ਇਹ ਵਿਆਹ ਸ਼ਾਦੀ 'ਤੇ ਜਾਂਦੇ ਉੱਥੋਂ ਹੀ ਇਹਨਾਂ ਦਾ ਆਪਸ 'ਚ ਕੰਟੈਕਟ ਹੋਇਆ ਹੈ, ਕਿਵੇਂ ਕਿਵੇਂ ਐਸਟੈਬਲਿਸ਼ ਹੋਇਆ ਕੀ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ ਉਹ ਕੰਸਰਨਡ ਪੁਲਿਸ ਸਟੇਸ਼ਨ ਤੋਂ ਅਸੀਂ ਪਤਾ ਕਰ ਲਿਆ। ਅਜੇ ਤਾਂ ਪਹਿਲੇ ਇਹੀ ਲਾਈਮ ਲਾਈਟ 'ਚ ਆਈ ਹੈ, ਅਗਾਂਹ ਅਸੀਂ ਪੜਤਾਲ ਕਰਕੇ ਐਸਟੈਬਲਿਸ਼ ਕਰਾਂਗੇ ਕਿ ਅਗਾਂਹ ਇਹਨਾਂ ਨੇ ਪਹਿਲੇ ਕਿੰਨੀਆਂ ਕਰਾਈਆਂ।